ओ गंजदा खेत उदा उरी डिग गया। ओ भाई करें पया मैं। ओ नहीं खड़ा हो। की ठंडी रहा करा मैं। होरा ऊपर दी ऊपर चढ़ता चढ़ा हुंदा जेड़ा कोई हुंदा गा। जे ओने मेरे नाल कलेश कीता ना मैथो बुरा कोई नहीं होने का फिर तेरे नाल। ਕਿਵੇਂ ਪਈਆਂ ਲੰਮੀਆਂ ਤਾਣੀ ਤੂੰ ਪੈਣਾ ਵੀ ਬੰਦਾ ਗਾ ਤੂੰ ਲਿਸਕ ਪੁਸਕ ਕੇ ਆਏ ਪਈਆਂ ਜਿਵੇਂ ਵਿਆਹ ਜਾਣਾ ਹੁੰਦਾ ਮੈਂ ਵਿਆਹ ਕਾਹਨੂੰ ਜਾਣਾ ਇੱਥੇ ਗਈ ਸੀ ਸਹੇਲੀਆਂ ਨਾਲ ਘੁੰਮਣ ਫਿਰਨ ਸਹੇਲੀਆਂ ਨੂੰ ਚੰਡੀਗੜ੍ਹ ਚ ਰਹਿਣੀ ਆ ਤੂੰ ਰਹਿਣੀ ਤਾਂ ਤੂੰ ਪਿੰਡ ਚ ਫਿਰ ਹੁਣ ਜਾਣਾ ਫਿਰਨਾ ਨਹੀਂ ਹੈਗਾ ਹੁਣ ਮੈਨੂੰ ਲੱਗਦਾ ਥੋੜੇ ਜਿਆਦਾ ਖੰਭ ਲੱਗ ਗਏ ਤੂੰ ਨਾ ਖੰਭ ਕਾਹਦੇ ਲੱਗ ਗਏ ਇੱਥੇ ਗਈਆਂ ਤੀ ਮੇਲਾ ਦੇਖਣ ਦੱਸਣ ਜੇ ਮੈਨੂੰ ਤੇਰੇ ਠੀਕ ਨਹੀਂ ਲੱਗਦੇ ਤੈਨੂੰ ਮੈਂ ਦੱਸਾਂ ਬਹਿ ਜਾ ਲੱਗਦੇ ਨਹੀਂ ਲੱਸਣ ਠੀਕ ਕਿ ਲੱਸਣਾ ਨੂੰ ਮੇਰੇ ਨੂੰ ਕੀ ਹੋ ਗਿਆ ਜਿਹੜੇ ਚੂੜੀਆਂ ਚੱਪੇ ਲੱਲੇ ਭੱਬੇ ਮਰ ਜਾਣੇ ਕਹੀ ਤੇ ਜਾਂਦੇ ਮੇਲੇ ਤੇ ਗਈ ਤੀ ਉੱਥੇ ਪਵਾ ਲਈ ਤੇਰੇ ਨਾਲ ਉਹਦੀਆਂ ਫੁੱਕੀਆਂ ਨੇ ਪਵਾ ਕੇ ਲਈਆਂ ਮਰ ਜਾਣੇ ਆ ਮੌਕੀ ਜਾਣਾ ਕੁੱਤਿਆਂ ਵਾਂਗੂ ਬੜਾ ਨਾ ਹੋਰ ਮੈਂ ਕਸਾੜ ਦੇ ਖੁੰਡਾ ਮਰੂੰਗਾ ਕੁੱਤੇ ਹੀ ਦੱਸਦੀ ਐ ਮੈਨੂੰ ਸਾਰੀ ਵਾਰ ਖੁੰਡੇ ਖਾਂਡੇ ਦੀਆਂ ਗੱਲਾਂ ਨਾ ਕਰਿਆ ਕਰ ਕਦੇ ਬਹਿ ਕੇ ਉਹ ਵੀ ਦੁੱਖ ਸੁੱਖ ਪੁੱਛ ਲਿਆ ਕਰ ਉਹ ਤੂੰ ਬਾਹਲੀਆਂ ਬੋਲ ਤੂੰ ਮੈਂ ਤੈਨੂੰ ਜਾਣਦੀ ਤੂੰ ਮੇਰੇ ਬਾਰੇ ਤੈਨੂੰ ਮੈਂ ਦੱਸਾਂ ਕੀ ਨਹੀਂ ਜਾਣਦੀ ਮੈਂ ਤੇਰੇ ਬਾਰੇ ਜੇ ਜਾਣਦੀ ਆ ਤਾਂ ਹੀ ਬੈਠੀ ਆ ਉਰੇ ਤੂੰ ਐਂ ਕਰ ਖੜੀ ਹੋ ਮੈਂ ਖੇਤ ਜਾਣਾ ਤੂੰ ਪਾਣੀ ਦਾ ਗਲਾਸ ਲਿਆ ਦੇ ਮੈਨੂੰ ਤੂੰ ਖੇਤ ਜਾ ਕੇ ਪਾਣੀ ਨਹੀਂ ਪੀ ਲੇਗਾ ਉੱਥੇ ਮੋਟਰ ਨਹੀਂ ਚੱਲ ਰਹੀ ਉਹ ਤੇਰਾ ਪਤੰਦਰ 3 ਕਿਲੋਮੀਟਰ ਆ ਸਾਈਕਲ ਚਲਾ ਕੇ ਜਾਊਗਾ ਸਿਖਰ ਦੁਪਹਿਰਾ ਹੋਇਆ ਪਿਆ ਜਹਾਜ਼ ਲੈ ਲੈ ਜਹਾਜ਼ ਲੈ ਲੈ ਕਹਦੇ ਉਹਨਾਂ ਨੂੰ ਦੇ ਜਾਣਗੇ ਦੇਈ ਖੜੇ ਨੇ ਤੈਨੂੰ ਢਾਵੇਂ ਕਿਉਂ ਕਿਉਂ ਇੰਨਾ ਕੁ ਵੀ ਨਹੀਂ ਕਰ ਸਕਦੇ ਉਹ ਕਿ ਤੇਰੇ ਹੱਥ ਨਹੀਂ ਹੈਗੇ ਹੱਥ ਨਹੀਂ ਹੈਗੇ ਤੂੰ ਮੇਰਾ ਦਿਮਾਗ ਨਾ ਖਾ ਐਵੇਂ ਥਾਪੜੇ ਖਾ ਲੇਂਗੀ ਜਾਂ ਪਾਣੀ ਦਾ ਗਲਾਸ ਲੈ ਥਾਪੜੇ ਖਾ ਲੇਂਗੀ ਹੋਰ ਮੱਚੀ ਜਾਂਦਾ ਰਹਿਣਾ ਬਿਨ ਲੱਕੜਾਂ ਤੋਂ ਤੇ ਮੇਰੇ ਸਾਲੇ ਦੀ ਮੇਰੇ ਕਰਮਾਂ ਦੀ ਧਰੀ ਪਈ ਤੀ ਓਏ ਆ ਜਾ ਪਾਣੀ ਦੇ ਗਲਾਸ ਨਹੀਂ ਫੜਦੀ ਤੂੰ ਸਾਰਾ ਦਿਨ ਮੱਚੀ ਜਾਂਦਾ ਰਹਿਣਾ ਸਿਖਾਇਆ ਨਹੀਂ ਤੇਰੀ ਮਾਂ ਨੇ ਕੁਛ ਤੈਨੂੰ ਮੈਨੂੰ ਨਹੀਂ ਸਿਖਾਇਆ ਮੇਰੀ ਮਾਂ ਨੇ ਤੈਨੂੰ ਸਿਖਾਇਆ ਹੈਗਾ ਦਫਲਾ ਕੀ ਹੁੰਦਾ ਫਿਰ ਤੈਨੂੰ ਸਿਖਾਇਆ ਤਾਂ ਤੂੰ ਦੱਸ ਮੈਨੂੰ ਤੂੰ ਦੇ ਮੇਰੀ ਗੱਲ ਦਾ ਜਵਾਬ ਮੈਂ ਤਾਂ ਸਾਰੀ ਕੁਛ ਸਿੱਖਿਆ ਹੋਇਆ ਤੂੰ ਮੇਥੋਂ ਨਾ ਸਿੱਖ ਰਹੀ ਤੈਨੂੰ ਮੈਂ ਦੱਸਾਂ ਜਾਣਦੀ ਆ ਮੈਨੂੰ ਕੀ ਸਿਖਾਇਆ ਹੋਇਆ ਤੈਨੂੰ ਜੇ ਸਿਖਾਇਆ ਹੁੰਦਾ ਚਬਰ ਚਬਰ ਨਾ ਤੂੰ ਬੋਲ ਦੀ ਅੰਦਰ ਵੜਦਾ ਤਾਂ ਗਾਲ ਅੰਦਰ ਵੜਦਾ ਤਾਂ ਗਾਲ ਉਹਨੂੰ ਜਵਾਬ ਨੂੰ ਦੇਖਦਾ ਤਾਂ ਗਾਲ ਖਬਰਾਂ ਕੀ ਖਾਂਦੇ ਤੁਹਾਡੇ ਕੰਮ ਹੀ ਗਾਲਾਂ ਲੈਣ ਵਾਲੇ ਨੇ ਤੂੰ ਨਹੀਂ ਚਮੀ ਵੀ ਹੈਗਾ ਕੰਮ ਡੱਕਾ ਮੇਰੇ ਸਾਲੇ ਟੱਬਰ ਨੇ ਕਿਸੇ ਨੇ ਤੋੜਨਾ ਨਹੀਂ ਚੌਤਰਾਂ ਦੇ ਸਾਰੇ ਹੋਏ ਪਏ ਨੇ ਦੇਖਾਂ ਕਿੰਨਾ ਪਹਾੜੋਂ ਪੱਥਰ ਲਿਆ ਲਿਆ ਕੇ ਥੱਲੇ ਛਿੜਦਾ ਹੈਗਾ ਪਹਾੜੋਂ ਪੱਥਰ ਤਾਂ ਜ਼ਰਾ ਮੈਂ ਲਾ ਦੂੰਗਾ ਤੇਰੇ ਮਾਰ ਮਾਰ ਹੁੰਦੇ ਨਾ ਤੇਰੇ ਗਿੱਟੇ ਸਜਾ ਦੂੰਗਾ ਕਿਵੇਂ ਵੱਡੇ ਭਾਈ ਰੌਲਾ ਜਿਹਾ ਪਾ ਰੱਖਿਆ ਤੜਕੀ ਨਾ ਕਿ ਬੇਲੀ ਰੰਨ ਪਰਾਉਣੇ ਦੀ ਨਾ ਪੇਕਿਆਂ ਦੀ ਨਾ ਓਏ ਆ ਚੱਕ ਲੈ ਤੂੰ ਹੋਰ ਤੈਨੂੰ ਕੋਈ ਕੰਮ ਨਹੀਂ ਜਬਰ ਜਬਰ ਬੋਲਦੀ ਮੁੰਡਾ ਹੀ ਬਾਲਣ ਫੁੱਕਣ ਰਹਿਦਾ ਕੰਮ ਉੱਪਰ ਜਾਈ ਰੌਲਾ ਪਾਈ ਜਾਂਦੇ ਤੂੰ ਮੈਂ ਮਾੜਾ ਮੋਟਾ ਠੰਡੀ ਰਿਹਾ ਕਰ ਮੈਂ ਕੀ ਠੰਡੀ ਰਿਹਾ ਕਰਾਂ ਮੈਂ ਹੋਰ ਉੱਪਰ ਦੀ ਉੱਪਰ ਚੜਦਾ ਚੜਾ ਹੁੰਦਾ ਜਿਹੜਾ ਕੋਈ ਹੁੰਦਾ ਹੈਗਾ ਇਹ ਤਾਂ ਇਹੀ ਜੀ ਜਨਾਨੀ ਆ ਨਾ ਬਸ ਜਿਹਾ ਜਿਹਾ ਚੁੱਲ੍ਹੇ 'ਚ ਅੱਗ ਬਖਾ ਲਈ ਜਿਹੀ ਜੀ ਇਹ ਸੇੜ ਦੀ ਗੱਲ ਇੱਕੋ ਹੀ ਹੈ ਆਹੋ ਤੈਨੂੰ ਲੱਗਦਾ ਕਰ ਬਈ ਭਰਜਾਈ ਨੂੰ ਗੂੰਦ ਦੇ ਰੱਖਵਾ ਦਿਆ ਕਰ ਬਹਿ ਜਾ ਨਹੀਂ ਚਲਾ ਗੂੰਦ ਕਚੀਰਾ ਪਾਣੀ ਦਾ ਗਲਾਸ ਪੁੱਛਦਾ ਨਹੀਂ ਉਹ ਗੂੰਦ ਕਚੀਰਾ ਖਵਾਉਂਗਾ ਇਹਨੂੰ ਟੱਕਾ ਤੋੜਦੀ ਨਹੀਂ ਇਹ ਲਿਸਕ ਪੁਸਕ ਕੇ ਦਾ ਦੇਖ ਕੇ ਮੈਂ ਰਹਿੰਦੀ ਐ ਹੋਰ ਵੱਡੇ ਬਈ ਹੋਰ ਸੁਣਾ ਫਿਰ ਵਧੀਆ ਬਈ ਚੱਲੀ ਜਾਂਦਾ ਬਸ ਬਾ ਇਧਰੋਂ ਆਇਆ ਸੀਗਾ ਖੇਤੋਂ ਅੱਛਾ ਮਖਲ ਵੱਡੇ ਬਈ ਕੋਲੇ ਜਾ ਆਈਏ ਚੱਲ ਵਧੀਆ ਰਿਹਾ ਹੋਰ ਵਧੀਆ ਬਈ ਜਵਾਹ ਜਲਾ ਠੀਕ ਐ ਹਾਂ ਬਈ ਸਭ ਠੀਕ ਆ ਲੈ ਆ ਬਾ ਚਾਹ ਬਣਾ ਕੇ ਲਿਆ ਓਏ ਬਾ ਮੇਰੇ ਸਾਲੇ ਸੁਣਦੇ ਹੀ ਨਹੀਂ ਬਸ ਆਹੀ ਹਾਲ ਐ ਬਈ ਹਰੇਕ ਘਰੇ ਪਤਾ ਹੀ ਐ ਤੈਨੂੰ ਜੀਰੀ ਜੀਰੀ ਲਵਾਤੀ ਬਸ ਲੱਗ ਰਹੇ ਨੇ ਬਈ ਨਿਬੜ ਜੂ ਕੰਮ ਇੱਕ ਅੱਧੇ ਦਿਨ ਚ ਹਾਂ ਕੱਲ ਲਿਆਂਦੇ ਨੇ ਬਈ ਇਹ ਹਲੇ ਤਾਂ ਕੁਛ ਕਦਾ ਲਾਤੀ ਅੱਛਾ ਕੁਛ ਕਰੇਗੀ ਬਸ ਚਲ ਨਿਬੜ ਜੂ ਗੱਲ ਕੋਈ ਨਾ ਫਿਰ ਅੱਜ ਚੱਲਦੇ ਅੱਜ ਤੇਰੇ ਕਾ ਨਹੀਂ ਕਰਾਂਗੇ ਪਾਲਟੀ ਜਗਾ ਹਾਂ ਚੱਲਦੇ ਆ ਖੇਤ ਚੱਲਦੇ ਆ ਬਸ ਸਮਾਨ ਮੇਰਾ ਵੀ ਕੱਢਿਆ ਹੋਇਆ ਬਸ ਬਸ ਉਹਦਾ ਦੇਖਦੇ ਆ ਫਿਰ ਟੈਸਟ ਆਉਣੀ ਬੋਲ ਆਉਣੀ ਬੋਲ ਕਿਤੇ ਸੁਣ ਨਾ ਲਵੇ ਤੀਵੀਂ ਬਹੁਤ ਪੈਤਲਾ ਇਹਨਾਂ ਦਾ ਵੀ ਪੰਗਾ ਹੀ ਹੈ ਹੋਰ ਆ ਯਾਰ ਮੈਂ ਤੁਹਾਨੂੰ ਕਿਹਾ ਸੀਗਾ ਸੀ ਬੰਟ 10 ਖੜੋ ਬਸ ਮੈਂ ਕੱਪੜੇ ਚੱਕ ਕੇ ਪੈਸੇ ਲੈ ਕੇ ਆ ਗਿਆ ਹਾਂ ਹਾਂ ਬਸ ਐਂ ਕਰੋ ਥਾਈ ਲਵੇ ਆ ਜਾਓ ਯਾਰ ਥਾਈ ਲਵਾ ਕੇ ਮੈਨੂੰ ਇੱਕ ਵਾਰ ਕਾਲ ਫੋਨ ਮਾਰ ਦੇ ਮੈਂ ਆ ਜਾਵਾਂ ਠੀਕ ਹੈ ਹਾਂ ਬਸ ਮੈਂ ਬੜਾ ਟਾਈਮ ਲਾਉਂਦਾ 10 ਮਿੰਟ ਚ ਆ ਗਿਆ ਫਿਰ ਪਛਾਣ ਮੁੜਾਂਗੇ ਵੀ ਠੀਕ ਹੈ ਨਾ ਹਾਂ ਚੱਲ ਠੀਕ ਹੈ ਆ ਗਿਆ ਮੈਂ ਮੰਮੀ ਜੀ ਵਾਹ ਵਾਹ ਅੱਜ ਬੜੀ ਜੀ ਜੀ ਹੋ ਰਹੀ ਹੈ ਮੰਮੀ ਜੀ ਕੀ ਹੋ ਗਿਆ ਮੈਂ ਤੁਹਾਨੂੰ ਪਹਿਲਾਂ ਵੀ ਕਿੰਨੀ ਵਾਰੀ ਕਿਹਾ ਮੰਮੀ ਜੀ ਅੱਗੇ ਤਾਂ ਕਦੇ ਸੁਣਿਆ ਨਹੀਂ ਮੈਂ ਜੀ ਕਹਿੰਦਾ ਮੈਂ ਤੁਹਾਨੂੰ ਐਂ ਕਹਿਣ ਦੀਗਾ ਹਾਂ ਕੀ ਕਹਿੰਦਾ ਅਸੀਂ ਮੜਾ ਇੱਥੇ ਕਮਾਲਪੁਰ ਤੱਕ ਜਾ ਕੇ ਆਉਣਾ ਦੀਗਾ ਕੀ ਉੱਥੇ ਉੱਥੇ ਤਾਂ ਉਹ ਲਾਉਣ ਵਾਲਾ ਪੂਲ ਦਾ ਖੁੱਲੇਗਾ ਕਲੇਸੀ ਉਹਨੂੰ ਕੀ ਕਹੂੰਗੀ ਮੈਂ ਤੈਨੂੰ ਪਤਾ ਉਹ ਮਾੜੇ ਜਿਹੇ ਦੇ ਨਾਲ ਗੰਦ ਪਾ ਲਾਉਂਦਾ ਹੈਗਾ ਲੈ ਯਾਰ ਉਹਨੂੰ ਮੈਂ ਤਾਂ ਕੀ ਕਹਿਣਾ ਤੂੰ ਉਹਨੂੰ ਦੱਸੀ ਹੋਣਾ
ਹੁਣ ਤਾਂ ਤੂੰ ਐਂ ਕਹਿ ਦੀਗਾ ਮੁੰਡਾ ਤਾਂ ਕਿਤਾਬਾਂ ਲੈਣ ਗਿਆ, ਹੁਣ ਅੱਗੇ ਦਾਖਲਾ ਨੀ ਕਰਾਉਣਾ ਮੈਂ, ਉਹ ਤਾਂ ਕਿਤਾਬਾਂ ਲੈਣ ਗਿਆ, ਉਹਨੂੰ ਮੈਂ 1000 ਭੇਜਦਾ ਸੀਗਾ। ਬੇ ਰਹਿਣ ਦੇ ਤੂੰ ਕੀ ਕਰੇਗਾ, ਉਹਦਾ ਤੈਨੂੰ ਪਤਾ ਉਹ ਪਤਾ ਕਿੱਡਾ ਚਲਾਕ ਆ, ਉਹਦੀ ਜਾਣ ਲੂ ਸਭ ਕੁਛ, ਉਹ ਸਾਰਾ ਦਿਨ ਫਿਰਦਾ ਤੁਰਦਾ ਹੀ ਰਹਿੰਦਾ ਗਲੀਆਂ ਚ ਗੇੜੇ ਦਿੰਦਾ, ਉਹਨੂੰ ਕਿਹੜਾ ਪਤਾ ਲੱਗਣਾ ਗੱਡੀ ਚ ਆਵਾਂਗੇ, ਉਹਨੂੰ ਕਿਹੜਾ ਪਤਾ ਲੱਗੂਗਾ ਮੁੰਡਾ ਗੱਡੀ ਲੈ ਕੇ ਆਊਗਾ। ਉਹ ਤੇਰਾ ਬਾਪ ਹੈ, ਜੇ ਤੂੰ ਉਹਦਾ ਮੁੰਡਾ ਹੋ ਤੇਰਾ ਬਾਪ ਹੈ। ਮੈਂ ਕਦੋਂ ਆਖਿਆ, ਮੈਂ ਵੀ ਕਹਿੰਦਾ ਮੇਰਾ ਬਾਪ ਹੈ, ਪਰ ਉਹਨੂੰ ਤੂੰ ਦੱਸੀ ਨਾ, ਉਹਨੂੰ ਕਿਵੇਂ ਪਤਾ ਲੱਗੂ? ਮੈਂ ਨਹੀਂ ਦੱਸੂ, ਹੋਰ ਬਥੇਰਾ ਦੱਸ ਦੇਣਗੇ। ਉਹਨੂੰ ਕੋਈ ਨਹੀਂ ਦੱਸਦਾਗਾ ਜੇ ਤੂੰ ਨਹੀਂ ਦੱਸੇਂਗੀ, ਉਹਨੂੰ ਕਿਤੋਂ ਨਹੀਂ ਪਤਾ ਲੱਗਣਾ ਹੈਗਾ, ਮੈਂ ਨਾਲੇ ਸ਼ਾਮ ਨੂੰ ਮੁੜਿਆ ਆਊਂਗਾ, ਲੋੜੀ ਨਹੀਂ ਦੱਸਣੀ ਉਹਨੂੰ, ਮੇਰੇ ਨਾਲ ਕਲੇਸ਼ ਕਰੂਗਾ ਭਾਈ ਉਹ। ਮੰਮੀ ਐ ਕਦੋਂ ਕਰਦੀ, 1000 ਰੁਪਏ ਦੇ ਦੇ ਜਾਂ ਦੇਖੀ, ਮੇਰੇ ਦੋਸਤ ਵੀ ਜਾਣਗੇ, ਮੈਂ ਇਕੱਲੇ ਜਾਣਾ ਰਹਿ ਜਾਊਂਗਾ। ਚੱਲ ਮੈਂ ਦੇਖਦੀ ਆ ਫਿਰ, ਦੇਖ ਕੇ ਮੇਰੇ ਖਾਣਾ ਪਵਾਉਣ ਨੂੰ ਰਹਿ ਜਾ ਹੁਣ, ਇਕੱਲੇ ਆ ਕੇ ਦੇ ਬਸ, ਮੈਂ ਦੇਖ ਰਿਹਾ। ਆਹੀ ਕੁਸਾ ਸੋੜਾ ਤਾਂ ਪਿਓ ਪੁੱਤਾਂ ਦਾ ਦੋਵਾਂ ਦਾ, ਲੱਖ ਰੁਪਏ ਨੀ ਮੰਗ ਲਿਆ ਵੀ, ਮੈਂ ਕਿਹੜਾ ਰੋਜ਼ਾਨਾ ਨਹਾਉਣ ਜਾਣਾ, ਬਸ ਆ ਜਾਂਗੇ ਸ਼ਾਮ ਤੱਕ। ਉਹ ਦੁੱਧ ਵਾਲੀ ਫੜਾ ਕੇ ਗਈ ਸੀ ਮੈਨੂੰ, ਲੈ ਫੜ 1000 ਆ ਦੇਖ ਲੈ। ਅੱਜ ਤਾਂ ਮੈਨੂੰ ਪਤਾ 1000 ਹੈ। ਹਾਂ ਚੱਲ ਠੀਕ ਹੈ, ਮੈਂ ਸ਼ਾਮ ਤੱਕ ਆਜੂ, ਮੈਨੂੰ ਫੋਨ ਨਾ ਕਰੀ ਚੰਗਾ। ਫੋਨ ਮੈਂ ਕਿਉਂ ਕਰਨਾ ਜੇ ਉਹਨੇ ਕੀਤਾ ਤੇਰੇ ਬਾਪ ਨੇ, ਫੇਰ ਫੋਨ ਲੱਗਦੀ ਨਹੀਂ ਮੇਰਾ, ਉਹਨੇ ਕਹੀ ਜੀਗਾ ਫੋਨ ਤਾਂ ਘਰੇ ਰੱਖ ਕੇ ਹੋਏ ਕਹਿੰਦੀ। ਮੈਂ ਭਾਈ ਤੂੰ ਤਾਂ ਜਮੀਨ ਡਰਦਾ ਸੱਚੀ, ਮੈਨੂੰ ਤਾਂ ਇੰਨਾ ਡਰ ਲੱਗਦਾ ਉਹ ਤਾਂ ਬਹੁਤ ਜ਼ਿਆਦਾ। ਡਰ ਨਾਲ ਕਿਹੜੀ ਗੱਲ ਆ, ਕੁਛ ਨਹੀਂ ਹੁੰਦਾ, ਮੈਂ ਹੱਥ ਨੂੰ ਮੁੜਿਆਂਗਾ, ਠੀਕ ਹੈ? ਮੁੜਿਆਊ ਆਥਣ ਨੂੰ, ਨਾਲੇ ਪੱਕਾ ਆ ਕੇ ਉਹਨੇ ਕਲੇਸ਼ ਕਰਨਾ ਉਹ ਬੰਦੇ ਨੇ ਆ ਕੇ। ਦੇਖੋ ਵੀਰੇ ਕਿੰਨੀ ਕੁ ਪਾਵਾਂ। ਉਹ ਬਸ ਬਸ ਬਾਈ ਬਸ ਬਸ, ਬਹੁਤ ਹੈ ਬਹੁਤ ਹੈ, ਇੰਨੀ ਕੁ ਤਾਂ ਤੇਜ਼ ਲੱਗਦਾ ਸਮਾਨ। ਸਮਾਨ ਤਾਂ ਤੂੰ ਐਂ ਲਾ ਵੀ ਦੂਰੀ ਕੱਢੀ ਹੋਈ ਹੈ। ਲੈ ਪਾਣੀ ਪਾ, ਉਹ ਮੈਨੂੰ ਤਾਂ ਫੜਾ ਦੇ ਗਲਾਸ, ਫੜਾਉਣਾ ਕੱਢ ਤਾਂ ਮੈਂ ਲਾ ਲਾਂ ਪਹਿਲਾਂ। ਲੈ ਬਾਈ ਮੈਂ ਪਹਿਲਾਂ ਦੋ ਲਾ ਲਏ, ਤੇਜ਼ ਜ਼ਿਆਦਾ ਹੈ ਸਮਾਨ, ਤੇਜ਼ ਮੈਂ ਦੂਰੀ ਕੱਢੀ ਹੋਈ ਹੈ ਇਹ। ਮਾੜਾ ਜਿਹਾ ਸਿੱਟਾ ਜਿਹਾ ਕਰਦੀ ਹੈ, ਮੱਥਾ ਟੇਕਦੀ ਹੈ ਇਹ। ਕੱਪੜੇ ਆ ਕੇ ਜੇ ਲਾਉਣੇ ਪਾਂਡੇ ਜੀ ਮਾਂ ਜੀ ਦਾ ਪੁੱਤੋ। ਡੈਡੀ ਤਰਸ ਖਾ ਲਓ ਮੇਰੇ ਤੇ ਮਾੜਾ ਮੋਟਾ ਹੈ, ਆ ਰੋਟੀ ਪਾਣੀ ਦਾ ਕਰਕੇ ਹਟੀਆਂ, ਹੁਣ ਭਾਂਡੇ ਤਾਂ ਮਿੰਟ ਕੁ ਬਾਅਦ ਫੇਰ ਹੋ ਜਾਂਦੇ ਨੇ, ਕਿੰਨਾ ਕੁ ਕੰਮ ਕਰੂੰਗੀ ਮੈਂ, ਪੜ੍ਹਨਾ ਵੀ ਆ ਤੇ ਕੰਮ ਵੀ ਕਰਨਾ ਘਰੇ, ਮੈਥੋਂ ਇੰਨਾ ਕੰਮ ਨਹੀਂ ਹੁੰਦਾ ਹੈਗਾ। ਪੁੱਤ ਬੁਰੇ ਲੱਗਦੇ ਨੇ, ਕੋਈ ਆਇਆ ਗਿਆ ਆ ਜਾਣਾ ਘਰੇ। ਜੇ ਡੈਡੀ ਤੁਹਾਨੂੰ ਇੰਨੇ ਬੁਰੇ ਲੱਗਦੇ ਆ ਨਾ ਤਾਂ ਮੰਮੀ ਨੂੰ ਲਿਆਓ, ਕਿੰਨਾ ਟਾਈਮ ਹੋ ਗਿਆ ਮੰਮੀ ਨੂੰ ਲੜੀ ਗਈ ਨੂੰ। ਮੈਂ ਨਹੀਂ ਜਾਂਦਾ, ਮੈਂ ਤਾਂ ਨੀਵਾਂ ਹੁੰਦਾ ਨਹੀਂ, ਆਪੇ ਆਓ। ਤੁਹਾਡੇ ਦੋਨਾਂ 'ਚ ਨਾ ਮੈਂ ਪੀਸ ਕੇ ਰਹਿ ਜਾਂਦੀ ਹਾਂ, ਤੁਹਾਨੂੰ ਤਾਂ ਕੁਛ ਕਰਨਾ ਨਹੀਂ ਹੁੰਦਾ, ਤੁਸੀਂ ਤਾਂ ਸਾਰਾ ਕੰਮ ਮੇਰੇ ਸਿਰ ਤੇ ਪੈ ਗਿਆ। ਮੰਮੀ ਹੈਗੀ ਚੱਲ ਵਧੀਆ ਕਰੀ ਤਾਂ ਜਾਂਦੀ ਸੀਗੀ ਕੰਮ, ਮਾੜੀ ਮਾੜੀ ਗੱਲ ਪਿੱਛੇ ਤੁਸੀਂ ਲੜ ਪੈਂਦੇ ਹੋ। ਤੂੰ ਬਾਗ ਜਾ ਤੇ ਲੈ, ਤਾਂ ਤੁਹਾਨੂੰ ਇੱਥੇ ਕੌਣ ਰੋਟੀਆਂ ਪਕਾ ਕੇ ਦਊਗਾ? ਕੋਈ ਟੈਨਸ਼ਨ ਨਹੀਂ ਲੈ ਡੈਡੀ, ਮੈਂ ਸਹੀ ਗੱਲ ਦੱਸਾਂ ਨਾ, ਤੁਸੀਂ ਨਹੀਂ ਕੱਟ ਸਕਦੇ ਹੈਗੇ ਕਿਸੇ ਨਾ ਤੁਸੀਂ ਮੰਮੀ ਨਾਲ ਕੱਟੀਆਂ, ਨਾ ਤੁਸੀਂ ਹੁਣ ਮੇਰੇ ਨਾਲ ਕੱਟਣੀ, ਮੇਰੇ ਨਾਲ ਵੀ ਲੜੀ ਜਾਂਦੇ ਹੋ। ਮੈਂ ਕਹਿਣਾ ਕਿਸੇ ਨੂੰ ਕੀ ਕਹਿਣਾ? ਮੈਂ ਗੱਲ ਤਾਂ ਹੋਈ, ਤੁਸੀਂ ਕੁਝ ਕਹਿੰਦੇ ਨਹੀਂ ਹੈਗੇ, ਨਾ ਕਹਿ ਕੇ ਤੁਸੀਂ ਬਹੁਤ ਕੁਝ ਕਹਿ ਦਿੰਦੇ ਹੋ। ਲੈ ਚਲ ਤੂੰ ਛੱਡ ਕੇ ਖੜਾ, ਐਵੇਂ ਕਿਵੇਂ ਛੱਡ ਖੜਾ? ਤੂੰ ਪੜ੍ਹਾਈ ਦੱਸ ਤੇਰੀ ਕਿਵੇਂ ਚੱਲ? ਪੜ੍ਹਾਈ ਤਾਂ ਜ਼ੀਰੋ ਆ ਬਿਲਕੁਲ, ਇੱਕ ਚੀਜ਼ ਹੀ ਹੋਊਗੀ ਮੇਰੇ ਤੋਂ, ਜਾਂ ਤਾਂ ਪੜ੍ਹਾਈ ਕਰਾ ਲਓ ਜਾਂ ਹਾ ਕਾ ਘਰ ਦੇ ਕੰਮ ਧੰਦੇ ਕਰਾ ਲਓ। ਜ਼ੋਰ ਦਾ ਬਈ ਮੰਨਦੇ ਆ, ਸਹੀ ਗੱਲ ਹੈ, ਤਾਂ ਹੀ ਭਰਜਾਈ ਮੂਹਰੇ ਲਾ ਰਹੀ ਆ ਨਾ ਹੁਣ ਤੱਕ। ਉਹ ਯਾਰ ਕਿਹੜੇ ਬਾਗ ਦੀ ਮੂਲੀ ਆ ਯਾਰ, ਤੂੰ ਵੀਰੇ ਉਹੀ ਗੱਲਾਂ ਕਰੀਆਂ ਨੇ, ਜਨਾਨੀ ਨੂੰ ਡਰਦੇ ਹੁੰਦੇ। ਤੂੰ ਐਂ ਦੱਸ ਮੈਨੂੰ ਓਏ, ਜੀਰੀ ਕਿਹੜੇ ਕਿੱਲੇ ਚਲਾ ਰਿਹਾ ਤੂੰ? ਉਹ ਵੇਖੋ ਬਈ ਸਾਹਮਣੇ ਉਹ ਟਰੈਕਟਰ ਚੱਲ ਰਿਹਾ, ਕੱਦੂ ਕਰਨ ਲੱਗ ਰਹੇ ਨੇ ਸੈਲਰ ਵਾਲਾ। ਹਾਂ ਉਹ ਆਪਣੀ ਲੱਗ ਰਹੇ ਨੇ, ਉਹ ਭਈਏ ਫਿਰਦੇ ਤਿੰਨ ਚਾਰ ਬੰਦੇ ਘੱਟ ਹੀ ਨੇ, ਨਮੇੜ ਦੇ ਕੰਮ ਮੈਨੂੰ ਤਾਂ ਲੱਗਦਾ, ਬਾਕੀ ਤੜਕੇ ਆਉਣਗੇ ਹੋਰ ਬਈ। ਉਹ ਕਹਿੰਦਾ ਸਾਡਾ ਜਵਾਹ ਹੀ ਨੀ ਕੰਮ ਕਰਦਾ ਯਾਰ, ਜਮੀ ਲੱਥ ਜਿਹਾ ਨਿਕਲਿਆ ਤਾਂ ਜਮਾ ਡੱਕਾ ਨੀ ਦੌੜਦਾ, ਮੇਰੇ ਸਾਲੇ ਨੂੰ ਰੁਪਈਆ ਦੇ ਦੇ ਜਿੰਨਾ ਮਰਜ਼ੀ, ਊਂ ਨੀ ਡੱਕਾ ਦੌੜਦਾ, ਦੀ ਮਾਂ ਨੇ ਜਮੜਾ ਲਿਆ। ਬਈ ਜਵਾਕਾਂ ਦਾ ਤਾਂ ਘਰ ਘਰ ਇਹੀ ਹਾਲ ਹੈ। ਲੈ ਕਰ ਤੂੰ ਹੁਣ ਬਾਲੀ ਪਕਾਈ ਨਾ ਮਾਰ, ਟਾਈਮ ਉੱਤੋਂ ਵੀ ਹੋ ਰਿਹਾ। ਹਾਂ ਬਈ ਜਿਹੜਾ ਇੱਕ ਇੱਕ ਅੱਧਾ ਲਾਉਣਾ ਨਾ ਲਾ, ਤੂੰ ਵੀ ਮੇਰਾ ਵੀਰ ਘਰ ਨੂੰ ਜਾ, ਫਿਰ ਮੈਂ ਵੀ ਜਾਂਦਾ। ਮੈਨੂੰ ਤਾਂ ਫਿਰ ਤਾਗੜਾ ਜੀ ਪਾ ਦੀ, ਮੈਂ ਤਾਂ ਹੁਣ ਘਰੇ ਜਾ ਕੀ ਪਰਦਾ ਓਏ। ਬਸ 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 ਮੇਰਾ ਸਾਲਾ ਉਹ ਨਾ ਲੱਤਾਂ ਦੇ ਤਾਂ ਹੋ ਜਾਣਾ, ਪਾਣੀ ਪਾ ਦੇ ਪੂਰਾ ਆ ਚੱਕ ਡੱਬਾ। ਮੈਂ ਤਾਂ ਹੁਣ ਘਰੇ ਜਾ ਕੇ ਖਾ ਕੇ ਰੋਟੀਆਂ ਪਾਉਂਗਾ,
ਤੂੰ ਛੱਡ ਕੇ ਆਵਾਂ ਕਿ ਵਗ ਜਾਏਗਾ ਉਹ ਆਵਾਂ ਵਗ ਜੂ ਬਈ ਵਗ ਜੂ ਹੈਗਾ ਸਾਈਕਲ ਮੇਰੇ ਕੋਲੇ ਮੈਂ ਵਗ ਜੂ ਨਾ ਤੂੰ ਪੜਦੀ ਆ ਨਾ ਘਰੇ ਕੰਮ ਕਰਦੀ ਆ ਹੋਰ ਦੱਸ ਮੈਂ ਕੀ ਕਰਾਂ ਡੈਡੀ ਮੈਨੂੰ ਸਮਝ ਨਹੀਂ ਆਉਂਦੀ ਜਦੋਂ ਦੀ ਮੰਮੀ ਗਈ ਹੈ ਕਿੰਨਾ ਟਾਈਮ ਹੋ ਗਿਆ ਮੰਮੀ ਨੂੰ ਗਈ ਨੂੰ ਕੰਮ ਕੌਣ ਕਰਦਾ ਕਰੇ ਮੈਂ ਹੀ ਕਰਦੀ ਹਾਂ ਤੁਸੀਂ ਥੋੜੀ ਕਰਦੇ ਹੋ ਹਲੇ ਕੰਮ ਕਰਦੀ ਹਲੇ ਮੈਨੂੰ ਕਹਿੰਦੇ ਤੂੰ ਕੰਮ ਨਹੀਂ ਕਰਦੀ ਨਾ ਤੂੰ ਪੜਦੀ ਆ ਹੋਰ ਉਹਨੂੰ ਵੀ ਅਕਲ ਆਉਣੀ ਚਾਹੀਦੀ ਆ ਵੀ ਆ ਜੇ ਚਲ ਬੰਦੇ ਦਾ ਗੁੱਸਾ ਇੱਕ ਅੱਧੇ ਦਾ ਹੁੰਦਾ ਇੱਕ ਅੱਧੀ ਵਾਰ ਦਾ ਹੋਵੇ ਨਾ ਫਿਰ ਬੰਦਾ ਚੱਲ ਵੀ ਜਾਂਦਾ ਥੋੜਾ ਤਾਂ ਰੋਜ਼ ਦਾ ਹੀ ਕੰਮ ਆ ਤੁਸੀਂ ਤਾਂ ਰੋਜ਼ ਹੀ ਲੜ ਪੈਂਦੇ ਸੀ ਉਹ ਵਿਚਾਰੀ ਕਿੰਨਾ ਕੁ ਬਰਦਾਸ਼ਤ ਕਰੂਗੀ ਤਾਂ ਹੀ ਤਾਂ ਮੈਂ ਜਾਂਦਾ ਨਹੀਂ ਲੈਣ ਉਹਨੂੰ ਆਪੇ ਆਉ ਆਪਣੇ ਲਵੇ ਨਹੀਂ ਇਹ ਜਾਣ ਨੂੰ ਦਾ ਟਾਈਮ ਹੈਗਾ ਡੈਡੀ ਜੀ ਚਲ ਜਾਓ ਨਾ ਕਿਉਂ ਇੰਨਾ ਟਾਈਮ ਤੁਸੀਂ ਜਿੱਥੇ ਕੱਟ ਲਿਆ ਥੋੜਾ ਕੁ ਟਾਈਮ ਹੋਰ ਕੱਟ ਲਓ ਨਾ ਆ ਮੇਰੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਬਹੁਤ ਜ਼ਿਆਦਾ ਵਿੱਚ ਤੇਰੇ ਕਰਕੇ ਹੋਰ ਕੀ ਜੇ ਬੜਾ ਤੂੰ ਕਹਿੰਦੇ ਦੇਖੋ ਤਾਂ ਫਿਰ ਤਾਂ ਮੈਂ ਜਾਇਆ ਹੁਣ ਬਸ ਹੁਣ ਉਹਨੂੰ ਵੀ ਪਤਾ ਕੱਲੀ ਕੱਲੀ ਗੱਲ ਹੁਣ ਤਾਲੀ ਇੱਕ ਹੱਥ ਨਾਲ ਤਾਂ ਵੱਜਦੀ ਨਹੀਂ ਤੁਹਾਡੀ ਵੀ ਗਲਤੀ ਹੁੰਦੀ ਹੈ ਤਾਂ ਹੀ ਮਾਂ ਬੋਲਦੀ ਹੈ ਵਿੱਚ ਰਹਿੰਦੀ ਤਾਂ ਫਿਰ ਨਹੀਂ ਲੜਪੂ ਮੇਰੇ ਨਾਲ ਵਗਤਾ ਜਾਊਂ ਮੈਂ ਕੋਈ ਗੱਲ ਨਹੀਂ ਫਿਰ ਤੁਸੀਂ ਚੁੱਪ ਧਾਰਨ ਕਰ ਲਿਆ ਕਰੋ ਬਸ ਚੁੱਪ ਹੀ ਰੱਖ ਲਿਆ ਕਰੋ ਪੁੱਤਾਂ ਫਿਰ ਤੂੰ ਵੱਟੀ ਨਹੀਂ ਜਾਂਦੀ ਇਹੀ ਤਾਂ ਤੁਹਾਡੇ 'ਚ ਘਾਟ ਆ ਵੀ ਤੁਸੀਂ ਚੁੱਪ ਨਹੀਂ ਰਹਿ ਸਕਦੇ ਹੈਗੇ ਉਧਰੋਂ ਮੰਮੀ ਨਹੀਂ ਚੁੱਪ ਰਹਿ ਸਕਦੀ ਉਧਰੋਂ ਤੁਸੀਂ ਨਹੀਂ ਚੁੱਪ ਰਹਿ ਸਕਦੇ ਹੈਗੇ ਚੁੱਪ ਰਹਿਣਾ ਦਾ ਮਤਲਬ ਹੀ ਨਹੀਂ ਇੱਕ ਚੁੱਪੀ ਨੇ 100 ਚੁੱਪੀਆਂ ਨੂੰ ਮਾਰਦੀ ਆ ਕਿਹੜਾ ਪਿਆ ਹੋਵੇ ਹਾਂ ਪਿਆ ਵੱਡਾ ਖੱਬੀ ਹਾਂ ਵੀਰਾ ਹਲਾ ਦੋ ਪੇਗਾ ਨਹੀਂ ਲਾ ਵੀਰੇ ਵੀਰੇ ਉਹ ਵੀਰੇ ਕੱਲਾ ਕਰੇ ਜਰ ਗਾ ਤੂੰ ਰੇ ਲੇਟਿਆ ਪਿਆ ਓਏ ਐਵੇਂ ਹੀ ਕਰੇ ਮੈਂ ਕਹਿੰਦਾ ਖੜਾ ਹੋ ਉਹ ਗੰਜ ਦਾ ਖੇਤ ਉਹਦਾ ਉਰੀ ਡਿੱਗਿਆ ਉਹ ਬਾਈ ਕਰੇ ਪਿਆ ਮੈਂ ਉਹ ਨਹੀਂ ਖੜਾ ਹੋ ਉਹ ਨਹੀਂ ਬਾਈ ਮੈਂ ਕਰੇ ਪਿਆ ਪੁੱਤਰ ਲਵੇ ਟੈਲੀਫੋਨ ਹੈਗਾ ਫਿਰ ਕਰੇ ਤੇਰੇ ਟੈਲੀਫੋਨ ਕਰਦਾ ਲੈ ਜਾਣਗੇ ਬਾਈ ਤੂੰ ਮੈਂ ਕਰੇ ਪਿਆ ਪਾਲੇ ਮੇਰਾ ਸਾਲਾ ਚੱਕਣਾ ਵੀ ਔਖਾ ਹੋ ਜੂ ਲੈ ਫਿਰ ਮੈਨੂੰ ਘਰੇ ਜਾਣ ਦੇ ਘਰੇ ਸੁਨੇਹਾ ਲਾਉਣਾ ਵੀ ਚੱਕ ਕੇ ਲਿਆ ਉਹਨੂੰ ਤਾਂ ਡੈਡੀ ਇੱਕ ਜਿਹੜੀ ਤੁਹਾਡੀ ਆ ਦਾਰੂ ਵਾਲੀ ਆਦਤ ਆ ਨਾ ਤੁਸੀਂ ਇਹ ਆਦਤ ਆਪਣੀ ਛੱਡ ਦਿਓ ਸਾਰਾ ਕੁਝ ਹੀ ਠੀਕ ਹੋ ਜਾਊਗਾ ਦਾਰੂ ਤਾਂ ਨਾਲ ਜੱਟ ਦੇ ਕਬਰਾਂ ਤੱਕੇ ਜਾਊ ਇਹ ਨਹੀਂ ਛੱਡ ਹੁੰਦੀ ਡੈਡੀ ਤੁਹਾਨੂੰ ਕਿਵੇਂ ਸਮਝਾਵਾਂ ਮੈਂ ਚਲੋ ਕੋਈ ਨੀ ਨਹੀਂ ਛੱਡਣੀ ਨਾ ਛੱਡੋ ਉਹ ਮੰਮੀ ਨੂੰ ਤਾਂ ਲੈ ਆਓ ਜਾ ਕੇ ਤੁਸੀਂ ਘਰੇ ਔਖਾ ਹੋਇਆ ਪਿਆ ਬਹੁਤ ਕੋਈ ਨਾ ਲਿਆਉ ਮੈਂ ਫਿਰ ਜਾਊਂਗਾ ਇੱਕ ਦਿਨ ਚ ਲੈ ਆਊਂਗਾ ਬਸ ਉਹ ਫਿਰ ਮੈਨੂੰ ਮਿਹਣੇ ਦੇਈ ਜਾਊਗੀ ਸਰਿਆ ਨਹੀਂ ਆ ਗਿਆ ਚਲੋ ਕੋਈ ਨੀ ਕਹਿ ਦੇ ਵੀ ਕੁੜੀ ਨੇ ਬੁਲਾਇਆ ਹੁਣ ਮੰਮੀ ਨੂੰ ਵੀ ਹੈਗਾ ਹੀ ਮੰਮੀ ਨੂੰ ਵੀ ਪਤਾ ਹੀ ਹੈ ਵੀ ਕੁੜੀ ਵੀ ਮੈਨੂੰ ਉਡੀਕਦੀ ਆ ਉੱਥੇ ਇਹ ਇੰਨੀ ਹੇਜ ਵਾਲੀ ਹੁੰਦੀ ਆ ਨਾ ਜਾਂਦੀ ਉਹ ਫਿਰ ਤੁਸੀਂ ਨਾ ਲੜਿਆ ਕਰੋ ਲੜ ਕਰਕੇ ਤਾਂ ਗਈ ਆ ਉਹ ਵਿਚਾਰੀ ਇੱਥੋਂ ਚਲੋ ਹੁਣ ਮੇਰੇ ਨਾਲ ਮਗ ਚ ਮਾਰ ਮਾਂ ਜਾਨੀ ਅੰਦਰ ਜਾਂ ਤਾਂ ਮੰਮੀ ਨੂੰ ਲੈ ਆਓ ਨਹੀਂ ਜਿਹੜਾ ਰੋਟੀ ਪਾਣੀ ਮੈਂ ਬਣਾਉਂਦੀ ਮੈਂ ਉਹ ਵੀ ਛੱਡ ਦੇਣਾ ਮੈਂ ਕੱਲ੍ਹ ਇਹਦੀ ਪੜ੍ਹਾਈ ਕਰਿਆ ਕਰਨੀ ਹੈ ਫਿਰ ਸਬਜ਼ੀ ਬਣਾਉਣੀ ਆ ਹੁਣ ਨਾ ਹੜੀ ਹੋਇਆ ਠੰਡਾ ਜਿਹਾ ਪਾਣੀ ਲੈ ਕੇ ਗਰਮੀ ਲਿਆ ਦੇਣੀ ਤੂੰ ਡੱਕਿਆ ਆ ਉਹ ਤੋਂ ਬਾਲਾ ਨਾ ਮੋਦਰੇ ਹੱਕ ਚ ਖੁੰਦਾ ਹੋਇਆ ਮੈਂ ਤੜਕੇ ਦਾ ਉੱਥੇ ਮੈਂ ਸਾਰਾ ਦਿਨ ਹੋ ਗਿਆ ਮੈਨੂੰ ਖੇਤ ਚ ਮੇਰੇ ਸਾਲੇ ਨੇ ਕਿਸੇ ਨੇ ਪਾਣੀ ਦਾ ਗਲਾਸ ਤਾਂ ਕੀ ਚਾਹ ਦਾ ਕੱਪ ਵੀ ਨਹੀਂ ਉੱਥੇ ਪਹੁੰਚਾਇਆ ਪਹੁੰਚਾਵੇ ਕੌਣ ਮੁੰਡਾ ਤਾਂ ਘਰੇ ਨਹੀਂ ਹੈਗਾ ਹਾਂ ਮੁੰਡਾ ਤਾਂ ਤੇਰਾ ਲਾੜ ਲੈ ਉਹਨੂੰ ਤਾਂ ਸੀਸੇ ਚ ਜੜਾ ਲਈ ਸੀਸੇ ਚ ਜੜਾਉਂਦੀਆਂ ਨੇ ਮਾਂ ਮਾਂ ਹਰ ਇੱਕ ਤੂੰ ਨਾਲ ਖੜ ਜੀ ਜਗਾ ਇੱਕ ਪਾਸੇ ਉਹਨੂੰ ਖੜਾ ਲਈ ਇੱਕ ਪਾਸੇ ਤੂੰ ਖੜ ਜੀ ਖੜੂੰਗੀ ਮੈਂ ਤਾਂ ਨਾ ਹੁਣ ਤੂੰ 7 ਵਜੇ ਪਏ ਤੂੰ ਰੋਟੀ ਪਾਣੀ ਟੁੱਕ ਪਾਣੀ ਤੂੰ ਤੈਨੂੰ ਐ ਨਹੀਂ ਪਤਾ ਬੰਦਾ ਥੱਕ ਹਾਰ ਕੇ ਖੇਤੋਂ ਆਊਗਾ ਦੀਂਦਾ ਮੈਨੂੰ ਥੱਕਣ ਹਾਰਨ ਵਾਲਾ ਤੂੰ ਮੈਨੂੰ ਕਿਹੜਾ ਦਿਖਦਾ ਨਹੀਂ ਤੇਰਾ ਹਜੇ ਪਿੰਡਾ ਛੜਾਤਾ ਮੈਂ ਕਾ ਤੋਂ ਛੜਾਤਾ ਜਿਹੜਾ ਰਸਰ ਬਣੀ ਦੇ ਕੇ ਮਹਾ ਇੱਤੀ ਬਣਾ ਲਓ ਸਾਡੇ ਘਰੋਂ ਕੋਈ ਨਹੀਂ ਪੂਰੇ ਆਉਂਦੇ ਇੰਨਾ ਇੰਨਾ ਭਈਆਂ ਦਾ ਅੰਨ ਕੌਣ ਥੱਪੇ ਤੂੰ ਕਿੱਥੋਂ ਥੱਪ ਲਾਉਂਦੀ ਰੋਟੀਆਂ ਤੂੰ ਤਾਂ ਮੇਥੋਂ ਰੋਟ ਮੇਰੀ ਰੋਟੀ ਨਹੀਂ ਪਕਾਈ ਜਾਂਦੀ ਤੂੰ ਉਹਨਾਂ ਦੇ ਥੱਪ ਲਾਉਂਦੀ ਨਾ 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 ਹੋਰ ਤੈਨੂੰ ਤੇਰੇ ਗਵਾਂਢਣ ਰੋਟੀਆਂ ਦੇ ਕੇ ਜਾਂਦੀ ਆ ਮੈਂ ਹੀ ਪਕਾਉਣੀ ਆ ਤਾਂ ਹੀ ਖਾਣਾ ਗਾ ਉਹ ਤੂੰ ਪਕਾਉਣੀ ਆ ਕੱਚੀਆਂ ਪਿੱਲੀਆਂ ਤੂੰ ਮੇਰਾ ਦਿਮਾਗ ਹੋਰ ਹੋਰ ਕੱਚੀਆਂ ਪਿੱਲੀਆਂ ਪਕਾਉਣੀ ਹੁਣ ਹੁਣ ਕੱਚੀਆਂ ਪਿੱਲੀਆਂ ਦੇਖਣ ਲੱਗ ਗਈਆਂ ਤੈਨੂੰ ਮੇਰੀ ਇੱਕ ਗੱਲ ਸੁਣ ਲੈ ਉਹ ਜਵਾਹ ਇਹਨੂੰ ਬਗੈਣੀ ਦਾ ਜਾਨੀ ਐ ਤੈਨੂੰ ਦੁੱਖ ਬਹੁਤ ਦੇਊਗਾ ਉਹ ਅੱਜ ਚਟਣੀ ਕੁੱਟੂ ਖਾਲੀ ਸਾਹੀ ਪਨੀਰ ਨਾਲ ਤਾਂਜੋ ਫਿਰ ਨਾਨ ਉਹ ਤੂੰ ਮੈਨੂੰ ਕੀ ਦੱਸਦੀ ਆ ਮੈਂ ਤਾਂ ਜੀ ਹਵੇਲੀ ਚ ਖਾਇਆ ਹੂੰਗਾ ਖਾਇਆ ਖਾਇਆ ਜਾ ਭੱਜ ਉੱਡ ਜਾ ਸਾਹੀ ਪਨੀਰ ਤੇਰਾ ਕੀ ਫਿਰ ਮੂੰਹ ਦੇਖਣਾ ਫਿਰ ਨਾਲੇ ਕਹਿੰਦਾ ਕੱਚੀਆਂ ਪੱਕੀਆਂ ਨੇ ਕੀ ਗੱਲ ਤੂੰ ਮੇਰੇ ਨਾਲ ਪਕਾਈ ਨਾ ਮਾਰ ਤੂੰ ਉਹਨੂੰ ਬੁਲਾ ਕਿੱਥੇ ਆ ਆ ਗਿਆ ਮਿਲ ਲੈ ਉਹ ਤੂੰ ਕਿੱਧਰ ਮੂੰਹ ਚੱਕੀ ਫਿਰੀ ਜਾਂਦਾ ਓਏ ਨਿੰਬੂ ਪਾਣੀ ਪਿਆ ਦੇ ਪਿਆ ਦਾ ਨਹੀਂ ਆ 7 ਵਜੇ ਪੈਣੇ ਹੁਣ ਨਿੰਬੂ ਪਾਣੀ ਦੀ ਨਾ ਕੀ ਹੋ ਗਿਆ ਡੈਡੀ ਜੀ ਤੂੰ ਮੈਨੂੰ ਆ ਵੀ ਸਾਰੇ ਦਿਨ ਦਾ ਕਿੱਥੇ ਦੀ ਓਏ
ਮਤਲਬ ਬੁੱਕਾਂ ਲੈਣ ਗਿਆ ਸੀਗਾ ਕਿਹੜੀਆਂ ਬੁੱਕਾਂ ਹੈ ਅੱਗੇ ਦਾਖਲਾ ਕਰਾਉਣਾ ਬੁੱਕਾਂ ਲੈਣ ਗਿਆ ਸੀ ਉਹ ਤਾਂ ਕੀ ਕਰਾਉਣਾ ਦਾ ਦਾਖਲਾ ਕਰਾਉਣਾ ਕਾਲਜ ਚ ਬੁੱਕਾਂ ਲੈਣ ਗਿਆ ਸੀ ਸੁਣ ਤਾਂ ਪਤਾ ਨਹੀਂ ਕਾਹਦੇ ਨਾਲ ਹੁੰਦਾ ਹੈਗਾ ਕਾਲਜ ਚ ਹੈ ਕਿਹੜੇ ਕਾਲਜ ਚ ਸੰਗਰੂਰ ਕਰਾਵਾਂਗੇ ਰਣਵੀਰ ਚ ਤੇਰਾ ਕਰਾਵਾਂ ਦਾਖਲਾ ਇੱਥੇ ਜਿਹੜਾ ਤੜਕੇ ਦਾ ਉਥੇ ਧੁੱਪ ਚ ਖਾਪਾ ਖੂਨ ਹੋ ਰਿਹਾ ਤੈਨੂੰ ਉਹ ਦੀਂਦਾ ਨਹੀਂ ਹੋਏ ਮੈਨੂੰ ਕਿਹੜਾ ਦੱਸਿਆ ਕਿਸੇ ਨੇ ਐਵੇਂ ਦੱਸਿਆ ਨਹੀਂ ਕਿਉਂ ਨਹੀਂ ਦੱਸੇਗਾ ਇੰਨੇ ਇੰਨੇ ਭਈਏ ਲਾ ਕੇ ਕੀ ਕਰੇਗਾ ਜੇ ਜਵਾਕ ਹੁਣ ਪੜੂਗਾ ਦੋ ਅੱਖਰ ਫੇਰ ਹੀ ਅੱਗੇ ਵਧੂਗਾ ਹੁਣ ਤੇਰੇ ਮਗਰ ਲੱਗ ਕੇ ਵੀ ਵੱਟਾ ਖੁਰਚੀ ਜਾਊਗਾ ਲਾਏ ਨੇ ਤੇਰੇ ਖਸਮ ਨੂੰ ਉਸੇ ਚਾਹ ਪਾਣੀ ਦਾ ਪਹੁੰਚਾ ਦਾਂਦੀ ਕੋਈ ਨਹੀਂ ਪਹੁੰਚਾ ਦੂ ਮੈਂ ਪਹੁੰਚਾ ਦੂ ਕੱਲ ਨੂੰ ਹੁਣ ਚਾਹ ਦਾ ਟਾਈਮ ਆ ਕੋਈ ਜਾ ਮੁੰਡਾ ਤੂੰ ਜਾ ਆਪਦਾ ਕੰਮ ਕਰ ਮੇਰੀ ਗੱਲ ਸੁਣ ਲਾ ਉਹ ਹੈਲੋ ਕੱਲ ਨੂੰ ਉੱਥੇ ਜਿਹੜਾ ਹੇਠ ਵਾਲਾ ਮਹਾਨ ਆ ਉਹ ਲੱਗੂਗਾ 10 ਬੰਦੇ ਹੋਣਗੇ ਕਿਤੇ ਨਹੀਂ ਆਣਾ ਕੋਈ ਕਾਲਜ ਫਾਲਜ ਫੇਰ ਵਗ ਜੀ ਕਿਤੇ ਤੂੰ ਡੀਸੀ ਨਹੀਂ ਲੱਗ ਰਿਹਾ ਆ ਪਹਿਲਾਂ ਤੇਰੀ ਮਾਂ ਲੱਗੀ ਹੋਊਗੀ ਪੜ ਕੇ ਹੁਣ ਤੂੰ ਲੱਗ ਜੀ ਠੀਕ ਹੈ ਇੱਧਰ ਮੇਰੇ ਨਾਲ ਗੱਲ ਕਰ ਇਹ ਤਾਂ ਹੁੰਦਾ ਨਹੀਂ ਕੱਲ ਨੂੰ ਇਹਨੇ ਤਾਂ ਜਾਣਾ ਮੁੰਡੇ ਨੇ ਪੜਨ ਇਹਦੀ ਪੜਾਈ ਨਹੀਂ ਮੈਂ ਖਰਾਬ ਕਰਦੀ ਚਾਹੇ 4 ਰੁਪਏ ਲਾ ਚਾਹੇ 5 ਲਾ ਚਾਹੇ 6 ਲਾ ਤੂੰ ਇਹਦੇ ਚੱਕਰ 'ਚ ਗਿੱਟੇ ਘਟਾਵੇਂਗੇ ਆਪਦੇ ਤੈਨੂੰ ਮੈਂ ਦੱਸਾਂ ਫਿਰ ਇਹ ਤਾਂ ਪੜੂਗਾ ਭਾਈ ਇਹ ਨਹੀਂ ਮੈਂ ਨਹੀਂ ਲਾਉਂਦੀ ਹੈਗੀ ਲਾਉਂਗੀ ਮੈਂ ਤਾਂ ਡੀਸੀ ਵੀ ਲਾਉਂਗੀ ਇੱਥੇ ਫਿਰੂਗਾ ਤੇਰੇ ਬੋਲ ਨਾ ਜਿਹੜੇ ਖਬਰੇ ਪੂਰੇ ਹੋਣ ਉਹ ਹਾਂ ਅਜੇ ਤਾਂ ਕਿੱਥੇ ਤਾਂ ਐ ਕਹਿਣਾ ਸੀ ਵੀ ਚੱਲ ਮੁੰਡਾ ਲੱਗ ਕੇ ਕੋਈ ਕੰਮ ਕਰ ਲੂ ਵਧੀਆ ਕੰਮ ਕਰਦੇ ਲੱਗ ਜੂਗਾ ਪਾਣੀ ਲਿਆ ਦੇ 3 ਵਾਰੀ ਪਾਣੀ ਮੰਗ ਰਿਆ ਪਾਣੀ ਲਿਆ ਦੇ ਤਾਂ ਹੀ ਖੜੀ ਬੋਲਟੀ ਨਾ ਭਰ ਕੇ ਤੇਰੇ ਕਾਲਜ ਚ ਪਾਣਾ ਸੋਦੀ ਸੁੱਡਲ ਜਨਾਨੀ